ਬੀਬੀਐਨ ਦੇਖਣ ਵਾਲੇ ਸਮੂੱਚੇ ਦਰਸ਼ਕਾਂ ਨੂੰ ਦਵਿੰਦਰ ਸਿੰਘ ਬੈਣੀਪਾਲ ਵੱਲੋਂ ਪਿਆਰ ਅਤੇ ਸਤਿਕਾਰ ਸਹਿਤ ਸਤਿ ਸ਼੍ਰੀ ਅਕਾਲ ਦਾ ਬੈਣੀਪਾਲ ਸ਼ੋਅ ਵਿੱਚ ਤੁਹਾਡਾ ਸਭਨਾਂ ਦਾ ਨਿੱਘਾ ਸਵਾਗਤ ਅਫਗਾਨਿਸਤਾਨ ਦੇ ਇੱਕ ਸਕੂਲ ਅਤੇ ਮਸਜਿਦ ਦੇ ਵਿੱਚ ਬੰਬ ਧਮਾਕਾ 33 ਮੌਤਾਂ ਦਰਜਾ ਜ਼ਖਮੀ ਗੁਜਰਾਤ ਵਿੱਚੋਂ 2000 ਕਰੋੜ ਰੁਪਏ ਦੀ ਡਰੱਗ ਖੇਪ ਬਰਾਮਦ ਦਿੱਲੀ ਦੀ ਰੋਹਣੀ ਅਦਾਲਤ ਵਿੱਚ ਚੱਲੀ ਏਕੇ 47 ਆਖਰ ਚੰਨੀ ਨੇ ਤੋੜੀ ਚੁੱਪ ਅਤੇ ਜ਼ਿੰਮੇਵਾਰੀ ਕਬੂਲੀ ਇੱਕ ਵਿਧਾਇਕ ਨੇ ਐਂਬੂਲੈਂਸ ਦੀ ਕੀਤੀ ਚੈਕਿੰਗ 7 ਲੱਖ ਰੁਪਏ ਦਾ ਜੁਰਮਾਨਾ ਠੋਕਿਆ 2000 ਕਿਸਾਨਾਂ ਦੇ ਗ੍ਰਿਫਤਾਰੀ ਵਾਰੰਟ ਜਾਰੀ ਅਤੇ ਆਪ ਬੈਕਫੁੱਟ ਤੇ ਅਤੇ ਚੰਨੀ ਵਾਲੀ ਬੱਕਰੀ ਹੋ ਗਈ ਬੇਗਾਨੀ ਦੋਸਤੋ ਇਹ ਕੁਝ ਜਾਣਕਾਰੀਆਂ ਆਪਣੇ ਅੱਜ ਦੇ ਪ੍ਰੋਗਰਾਮ ਦੌਰਾਨ ਸ਼ਾਮਲ ਰਹਿਣਗੀਆਂ ਇਹਦੇ ਤੋਂ ਪਹਿਲਾਂ ਕਿ ਇਹਨਾਂ ਦੇ ਉੱਤੇ ਵਿਸਥਾਰ ਦੇ ਨਾਲ ਗੱਲਬਾਤ ਕੀਤੀ ਜਾਵੇ ਤੁਹਾਨੂੰ ਸਭਨਾਂ ਨੂੰ ਬੇਨਤੀ ਹੈ ਕਿ ਪਹਿਲਾਂ ਪ੍ਰੋਗਰਾਮ ਵੇਖ ਸੁਣ ਲੈਣਾ ਜੇਕਰ ਪ੍ਰੋਗਰਾਮ ਚੰਗਾ ਲੱਗਿਆ ਫਿਰ ਲਾਈਕ ਅਤੇ ਸ਼ੇਅਰ ਜ਼ਰੂਰ ਕਰ ਦੇਣਾ ਇਹਦੇ ਨਾਲ ਹੀ ਜੇਕਰ ਹਾਲੇ ਤੱਕ ਤੁਸੀਂ ਆਪਣੇ ਇਸ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਕਿਰਪਾ ਕਰਕੇ ਸਬਸਕ੍ਰਾਈਬ ਕਰ ਲੈਣਾ ਤੇ ਫੇਸਬੁੱਕ ਪੇਜ ਆਪਣਾ ਟੀਵੀ ਐਂ ਕੈਨੇਡਾ ਕਿਰਪਾ ਕਰਕੇ ਉਹਨੂੰ ਜ਼ਰੂਰ ਲਾਈਕ ਕਰਨ ਦੀ ਕੋਸ਼ਿਸ਼ ਕਰਿਓ ਬਹੁਤ ਸਾਰੀਆਂ ਖਬਰਾਂ ਬਹੁਤ ਸਾਰੀਆਂ ਜਾਣਕਾਰੀਆਂ ਜਿਹੜੀਆਂ ਆਪਣੇ ਇਸ ਚੈਨਲ ਤੇ ਤੁਹਾਨੂੰ ਇੱਥੇ ਨਹੀਂ ਮਿਲਦੀਆਂ ਉਹ ਫੇਸਬੁੱਕ ਦੇ ਉੱਤੇ ਮਿਲ ਸਕਦੀਆਂ ਨੇ ਤੇ ਆਓ ਹੁਣ ਵਿਸਥਾਰ ਦੇ ਨਾਲ ਇਹਨਾਂ ਤੇ ਗੱਲਬਾਤ ਕਰੀਏ ਸਭ ਤੋਂ ਪਹਿਲਾਂ ਅਫਗਾਨਿਸਤਾਨ ਵਾਲੇ ਪਾਸੋਂ ਸ਼ੁਰੂਆਤ ਕਰਦੇ ਹਾਂ ਉੱਤਰੀ ਅਫਗਾਨਿਸਤਾਨ ਦੇ ਵਿੱਚ jum'e ਦਾ ਦਿਨ ਸੀ। jum'e ਦੇ ਦਿਨ ਪਾਵ ਸ਼ੁੱਕਰਵਾਰ ਦੇ ਦਿਨ ਇੱਕ ਮਸਜਿਦ ਅਤੇ ਇੱਕ ਧਾਰਮਿਕ ਸਕੂਲ ਦੇ ਵਿੱਚ ਬੰਬ ਧਮਾਕਾ ਹੋਇਆ ਹੈ। ਜਿਸ ਤੇ ਕਾਰਨ ਘੱਟੋ-ਘੱਟ 33 ਵਿਅਕਤੀ ਹਲਾਕ ਹੋ ਗਏ ਹੈ। ਤਾਲਿਬਾਨ ਨੇ ਖੁਦ ਇਹ ਜਾਣਕਾਰੀ ਦਿੱਤੀ ਹੈ। ਜਬੀ ਉਲਾ ਮੁਜਾਹਿਦ ਨੇ ਕੰਦੂਜ ਸੂਬੇ ਦੇ ਇਮਾਮ ਸਾਹਿਬ ਸ਼ਹਿਰ ਦੇ ਵਿੱਚ ਹੋਏ ਬੰਬ ਧਮਾਕੇ ਨੂੰ ਟਵੀਟ ਕਰਕੇ ਦੱਸਿਆ। ਉਹਨਾਂ ਇਹ ਵੀ ਦੱਸਿਆ ਕਿਿੱਥੇ ਜਿੱਥੇ 33 ਮੌਤਾਂ ਹੋਈਆਂ ਨੇ ਉੱਥੇ 43 ਲੋਕ ਹਾਲੇ ਜ਼ਖਮੀ ਨੇ। ਜਿਸ ਤੇ ਕਰਕੇ ਮੌਤਾਂ ਦੀ ਗਿਣਤੀ ਹਲੇ ਹੋਰ ਵਧ ਸਕਦੀ ਹੈ ਤੇ ਇਹਨਾਂ ਦੇ ਵਿੱਚ ਜ਼ਖਮੀਆਂ ਚੋਂ ਕਈ ਵਿਦਿਆਰਥੀ ਵੀ ਦੱਸੀ ਜਾ ਰਹੇ ਨੇ ਹਾਲਾਂਕਿ ਫੌਰੀ ਤੌਰ ਤੇ ਕਿਸੇ ਵੀ ਜਥੇਬੰਦੀ ਨੇ ਇਹਨਾਂ ਧਮਾਕਿਆਂ ਦੀ ਜ਼ਿੰਮੇਵਾਰੀ ਨਹੀਂ ਲਈ ਪਰ ਦੱਸਣਾ ਬਣਦਾ ਹੈ ਕਿ ਅਫਗਾਨਿਸਤਾਨ ਦੇ ਵਿੱਚ ਇਸਲਾਮਿਕ ਸਟੇਟ ਨਾਲ ਸੰਬੰਧਿਤ ਇੱਕ ਸੰਗਠਨ ਨੇ ਇਹਨਾਂ ਬੰਬ ਧਮਾਕਿਆਂ ਤੋਂ ਪਹਿਲਾਂ ਆਪਾ ਵੀਰਵਾਰ ਨੂੰ ਘੱਟ ਗਿਣਤੀ ਸ਼ੀਆ ਮੁਸਲਮਾਨਾਂ ਨੂੰ ਨਿਸ਼ਾਨਾ ਬਣਾ ਕੇ ਬੰਬ ਧਮਾਕਾ ਕਰਨ ਦਾ 21 ਦਿਨ ਪਹਿਲਾਂ ਤਾਵਾ ਕੀਤਾ ਸੀ ਇਹਦਾ ਮਤਲਬ ਦੂਸਰੇ ਦਿਨ ਇਹ ਬੰਬ ਧਮਾਕਾ ਹੋ ਗਿਆ ਉੱਤਰੀ ਮਜ਼ਾਰੇ ਸ਼ਰੀਫ ਦੇ ਵਿੱਚ ਸ਼ੀਆ ਮਸਜਿਦ 'ਚ ਹੋਏ ਧਮਾਕੇ 'ਚ 12 ਲੋਕ ਮਾਰੇ ਗਏ ਅਤੇ ਕਈ ਜ਼ਖਮੀ ਹੋਏ ਨੇ ਮੁਜਾਹਿਦ ਨੇ ਟਵੀਟ ਕੀਤਾ ਕਿ ਅਸੀਂ ਇਸ ਅਪਰਾਧ ਦੀ ਨਿੰਦਾ ਕਰਦੇ ਹਾਂ ਅਤੇ ਪੀੜਤਾਂ ਦੇ ਪ੍ਰਤੀ ਡੂੰਗੀ ਸੰਵੇਦਨਾ ਜ਼ਾਹਰ ਕਰਦੇ ਹਾਂ ਤੁਹਾਨੂੰ ਯਾਦ ਹੋਣਾ ਕਿ ਬੀਤੇ ਭਰੇ ਅਗਸਤ ਮਹੀਨੇ ਅਫਗਾਨਿਸਤਾਨ ਦੇ ਵਿੱਚ ਸੱਤਾ ਤਬਦੀਲੀ ਹੋਈ ਸੀ ਲੱਗਦਾ ਸੀ ਕਿ ਸ਼ਾਇਦ ਸਭ ਕੁਝ ਠੀਕ ਠਾਕ ਵੀ ਹੋ ਸਕਦਾ ਹੈ ਜਾਂ ਇਹ ਘਟਨਾਵਾਂ ਅੱਤ ਦਰਜੇ ਦੀਆਂ ਵਿਗੜ ਵੀ ਸਕਤੀਆਂ ਨੇ ਜਦੋਂ ਤੋਂ ਸੱਤਾ ਦਾ ਤਬਾਦਲਾ ਹੋਇਆ ਹੈ ਅਫਗਾਨਿਸਤਾਨ ਦੇ ਵਿੱਚ ਬੰਬ ਧਮਾਕੇ ਮੁੜ ਤੋਂ ਸ਼ੁਰੂ ਹੋ ਚੁੱਕੇ ਨੇ ਤੇ ਸੱਚਮੁੱਚ ਇਹ ਨਿੰਦਣਯੋਗ ਕਾਰਵਾਈਆਂ ਨੇ ਤੇ ਦੂਸਰਾ ਪੰਜਾਬ ਦੇ ਵਿੱਚ ਡਰੱਗ ਦਾ ਹਮੇਸ਼ਾ ਰੌਲਾ ਪੈਂਦਾ ਹੈ ਪਰ ਡਰਗੀਆਂ ਜਾਂ ਛੋਟਾ-ਛੋਟਾ ਸਮਾਨ ਫੜਿਆ ਜਾਂਦਾ ਕਿਸੇ ਕੋਲ 50 ਗ੍ਰਾਮ ਕਿਸੇ ਕੋਲੇ 15 ਗ੍ਰਾਮ ਕਿਸੇ ਕੋਲੇ 150 ਗ੍ਰਾਮ ਆ ਗੁਜਰਾਤ ਵਾਲੇ ਕੰਮ ਜਿਹੜਾ ਵੀ ਕਰਦੇ ਵੱਡਾ ਹੀ ਕਰਦੇ ਆ ਗੁਜਰਾਤ ਦੇ ਵਿੱਚ ਏਟੀਐਸ ਅਤੇ ਡੀਆਰਆਈ ਦੀ ਟੀਮ ਨੇ ਕਾਂਡਲਾ ਬੰਦਰਗਾਹ ਦੇ ਨੇੜੇ ਇੱਕ ਗੋਦਾਮ ਤੇ ਸਾਂਝੀ ਕਾਰਵਾਈ ਕੀਤੀ ਛਾਪੇਮਾਰੀ ਕੀਤੀ ਹੈ ਜਿੱਥੋਂ 350 ਕਿਲੋ ਹੈਰੋਇਨ ਬਰਾਮਦ ਕੀਤੀ ਹੈ ਅਤੇ ਅੰਤਰਰਾਸ਼ਟਰੀ ਬਾਜ਼ਾਰ ਤੇ ਵਿੱਚ ਕੀਮਤ ਇਹਦੀ 2000 ਕਰੋੜ ਰੁਪਏ ਦੱਸੀ ਜਾਂਦੀ ਹੈ ਨਸ਼ਿਆਂ ਦੀ ਖੇਪ ਇਹ ਬੁੱਧਵਾਰ ਅਤੇ ਵੀਰਵਾਰ ਦੀ ਦਰਮਿਆਨੀ ਰਾਤ ਨੂੰ ਨੱਪੀ ਗਈ ਜਿਸ ਦੇ ਵਿੱਚ ਇੱਕ ਪ੍ਰਾਈਵੇਟ ਕੰਟੇਨਰ ਦੇ ਗੋਦਾਮ ਦੇ ਵਿੱਚ ਇਹ ਕਾਰਵਾਈ ਕੀਤੀ ਗਈ ਤੇ ਇਹ ਗੋਦਾਮ ਕਾਂਡਲਾ ਬੰਦਰਗਾਹ ਤੋਂ ਤਕਰੀਬਨ 16 ਕਿਲੋਮੀਟਰ ਦੀ ਦੂਰੀ ਤੇ ਦੱਸਿਆ ਜਾਂਦਾ ਹੈ ਗੁਜਰਾਤ ਏਟੀਐਸ ਅਧਿਕਾਰੀ ਨੇ ਦੱਸਿਆ ਹੈ ਕਿ 17 ਕੰਟੇਨਰਾਂ ਵਿੱਚੋਂ 10000 ਤੇ 318 ਜਿਪਸਮ ਦੇ ਬੈਗ ਲਿਆਂਦੇ ਗਏ। ਇਹਨਾਂ ਬੋਰੀਆਂ ਦਾ ਵਜ਼ਨ ਕਾਫੀ ਦੱਸਿਆ ਗਿਆ ਹੈ। ਉਹਨਾਂ ਨੇ ਇਹ ਕੰਮ ਉੱਤਰਾਖੰਡ ਦੇ ਪੰਡੋਰੀ ਸਿਸੋਨਾ ਦੀ ਇੱਕ ਫਾਰਮ ਬਾਲਾਜੀ ਟਰੇਡਰਸ ਦੇ ਵੱਲੋਂ ਕੀਤਾ ਗਿਆ। ਜਿਸ ਨੂੰ ਈਰਾਨ ਦੇ ਅਬਾਸ ਬੰਦਰਗਾਹ ਤੋਂ ਕੀਵਨ ਜੂਸਫੀ ਬੁਲੇਵਾਰਡ ਇਮਾਮ ਲੂਜ਼ਿੰਗ ਤਲਾਈ ਫਰਜ਼ ਤੋਂ ਆਜ਼ਾਦ ਕੀਤਾ ਗਿਆ ਸੀ। ਅਤੇ ਇਹ ਵੀ ਪਤਾ ਲੱਗਿਆ ਕਿ ਜਿਪਸਮ ਦੀਆਂ ਇਹ ਜੜੀਆਂ ਬੋਰੀਆਂ ਨੇ ਜਿਹੜੀਆਂ ਬੁੱਧਵਾਰ ਤੇ ਵੀਰਵਾਰ ਦੀ ਦਰਮਿਆਨੀ ਰਾਤ ਨੂੰ ਜਿਨ੍ਹਾਂ ਦੇ ਵਿੱਚੋਂ ਹੈਰਵਿੰਦ ਦੀ ਇਹ ਡਰੱਗ ਦੀ ਖੇਪ ਬਰਾਮਦ ਕੀਤੀ ਗਈ ਹੈ ਉਹ 6 ਮਹੀਨੇ ਤਕਰੀਬਨ ਹੋ ਚੁੱਕੇ ਸੀ ਪਈ ਨੂੰ ਅਕਤੂਬਰ 2021 ਤੋਂ ਲੋਡ ਕਰਕੇ ਲਿਆਂਦੀ ਗਈ ਸੀ ਜਿਪਸਮ ਦੀਆਂ ਬੋਰੀਆਂ ਜਾਰੀ ਰਹਿਣ ਤੋਂ ਬਾਅਦ ਉਹਦੇ ਵਿੱਚ ਹਲੇ ਹੋਰ ਵੀ ਹੈ ਕਿਉਂਕਿ ਉਹ ਜਿੰਨੀਆਂ ਬੋਰੀਆਂ ਨੇ ਹਜ਼ਾਰਾਂ ਦੀ ਗਿਣਤੀ ਵਿੱਚ ਨੇ ਉਹਨਾਂ ਨੂੰ ਇਕੱਲੀ ਇਕੱਲੀ ਦੀ ਹੁਣ ਜਾਂਚ ਪੜਤਾਲ ਕੀਤੀ ਜਾ ਰਹੀ ਹੈ ਹੋ ਸਕਦਾ ਹੈ ਗ੍ਰਾਮਾਂ ਤੋਂ ਕਿਲਵਾਂ ਤੋਂ ਕੁਆਂਟਲਾਂ ਵਿੱਚ ਚਲੀ ਜਾਵੇ ਕਿਉਂਕਿ ਹਜ਼ਾਰਾਂ ਦੀ ਗਣਤੀ ਦੇ ਵਿੱਚ ਜਿਪਸਮ ਦੀਆਂ ਬੋਰੀਆਂ ਨੇ ਉਹਨਾਂ ਨੂੰ ਹੁਣ ਜਾਂਚਿਆ ਜਾ ਰਿਹਾ ਪੜਤਾਲਿਆ ਜਾ ਰਿਹਾ ਹੈ ਦੱਸਿਆ ਜਾ ਰਿਹਾ ਹੈ ਕਿ 6 ਮਹੀਨੇ ਤੋਂ ਵੱਧ ਹੋ ਗਿਆ ਸੀ ਲਾਵਾਰਸਾਕੀਆਂ ਜਾ ਸਕਦੇ ਨੇ ਬੋਰੀਆਂ ਤੇ ਜਿਨ੍ਹਾਂ ਦੇ ਵਿੱਚ ਵੱਡੀ ਡਰੱਗ ਖੇ ਪਈ ਸੀ ਗੁਜਰਾਤ ਏਟੀਐਸ ਨੂੰ ਉਹਨਾਂ ਬਾਰੇ ਗੁਪਤ ਸੂਚਨਾ ਮਿਲੀ ਸੀ ਜਿਸ ਤੋਂ ਬਾਅਦ ਡਾਇਰੈਕਟੋਰੇਟ ਆਫ ਰੈਵਨਿਊ ਇੰਟੈਲੀਜੈਂਸ ਨੂੰ ਇਹ ਜਾਣਕਾਰੀ ਪਾਸ ਕਰ ਦਿੱਤੀ ਗਈ ਫਿਰ ਇਹ ਇੱਕ ਸਾਂਝੀ ਕਾਰਵਾਈ ਕੀਤੀ ਗਈ ਗੁਜਰਾਤ ਏਟੀਐਸ ਤੇ ਡੀਆਰਐਸ ਦੀ ਟੀਮ ਬਿਤੇ ਕਈ ਦਿਨ ਤੋਂ ਦਰਅਸਲ ਇਸ ਮਸਲੇ ਦੇ ਉੱਤੇ ਲੱਗੀ ਹੋਈ ਸੀ ਤੇ ਕੰਮ ਕਰ ਰਹੀ ਸੀ ਤੁਹਾਨੂੰ ਯਾਦ ਹੋਣਾ ਹੈ ਕਿ ਕੁਝ ਸਮਾਂ ਪਹਿਲਾਂ ਮੋਦਰਾ ਬੰਦਰਗਾਹ ਤੋਂ ਵੀ ਇੱਕ ਵੱਡੀ ਡਰੱਗ ਖੇਪ ਬਰਾਮਦ ਕੀਤੀ ਗਈ ਸੀ ਉਹ ਜਾਂਚ ਵੀ ਐਨਆਈਏ ਨੂੰ ਸੌਂਪੇ ਜਾਣ ਦੀ ਸੰਭਾਵਨਾ ਹੈ ਈਰਾਨ ਤੋਂ ਖੇਪ ਬਰਾਮਦ ਕਰਨ ਵਾਲੀ ਫਰਮ ਦਾ ਪਤਾ ਲਗਾਉਣ ਲਈ ਗੁਜਰਾਤ ਤੋਂ ਇੱਕ ਟੀਮ ਪਹਿਲਾਂ ਹੀ ਉੱਤਰਾਖੰਡ ਵਾਸਤੇ ਰਵਾਨਾ ਹੋ ਚੁੱਕੀ ਹੈ ਏਟਸ ਅਧਿਕਾਰੀਆਂ ਨੂੰ ਸ਼ੱਕ ਹੈ ਕਿ ਹੈਰੋਇਨ ਦੀ ਇਹ ਖੇਪ ਈਰਾਨ ਤੋਂ ਪਾਕਿਸਤਾਨ ਗਈ ਪਾਕਿਸਤਾਨ ਦੇ ਰਸਤੇ ਫਿਰ ਅਫਗਾਨਿਸਤਾਨ ਦੇ ਕੰਧਾਰ ਰਾਹੀਂ ਇਹ ਭਾਰਤ ਆਈ ਹੈ ਅਤੇ ਹੁਣ ਇਹ ਗੁਜਰਾਤ ਤੱਕ ਨਹੀਂ ਰਹਿਣੀ ਆ ਜਿਹੜਾ ਮਹੱਤਵਪੂਰਨ ਪਹਿਲੂ ਹੈ ਕਿ ਇਹ ਗੁਜਰਾਤ ਤੋਂ ਖਬਰਾਂ ਨੇ ਕਿ ਦਿੱਲੀ ਅਤੇ ਪੰਜਾਬ ਆਉਣੀ ਸੀ ਮੈਂ ਤੁਹਾਨੂੰ ਮੁਦਰਾ ਬੰਦਰਗਾਹ ਦਾ ਜ਼ਿਕਰ ਕੀਤਾ ਤੁਹਾਨੂੰ ਵੀ ਸ਼ਾਇਦ ਇੱਕ ਖਬਰ ਚੇਤੇ ਆ ਗਈ ਹੋਵੇ ਨਾ ਆਈ ਹੋਵੇ ਤਾਂ ਤੁਹਾਨੂੰ ਯਾਦ ਕਰਵਾਉਣਾ ਹੈ ਸਾਲ 2021 ਅਤੇ ਸਤੰਬਰ 13 ਸੀ 13 ਸਤੰਬਰ ਨੂੰ ਗੁਜਰਾਤ ਦੀ ਮੋਦਰਾਬੰਦਰਗਾ ਤੋਂ 21000 ਕਰੋੜ ਰੁਪਏ ਦੀ ਡਰੱਗ ਖੇਪ ਬਰਾਮਦ ਕੀਤੀ ਗਈ ਸੀ। ਮਾਮਲਾ ਸੁਰਖੀਆਂ ਦੇ ਵਿੱਚ ਰਿਹਾ ਸੀ। ਪਰ ਅਫਸੋਸ ਦੀ ਗੱਲ ਇਹ ਸੀ ਕਿ ਜਦੋਂ ਕੋਈ ਛੋਟਾ ਜਿਹਾ ਡਰੱਗ ਡੀਲਰੀ ਜੀ ਫੜੀ ਜਾਂਦੀ ਹੈ ਨਾ ਵੱਡੇ ਵੱਡੇ ਟੀਵੀ ਚੈਨਲ ਵੀ ਉਹਦੀਆਂ ਖਬਰਾਂ ਲਾਉਂਦੇ ਆ ਪਰ ਵੱਡੇ ਟੀਵੀ ਚੈਨਲ ਉਸ ਖਬਰ ਤੇ ਚੁੱਪ ਰਹੇ ਸੀ। ਤੇ ਉਸ ਨੂੰ ਟੈਲਕਮ ਪਾਊਡਰ ਦੇ ਨਾਮ ਹੇਠ ਜ਼ਬਤ ਰਾਮਦ ਕੀਤਾ ਜਾਂਦਾ ਸੀ। ਕੇਂਦਰ ਨੇ ਮਾਮਲੇ ਦੀ ਜਾਂਚ ਐਨਆਈਏ ਨੂੰ ਸੌਂਪ ਦਿੱਤੀ ਹੈ। ਨਸ਼ੀਲੇ ਪਦਾਰਥਾਂ ਦੀ ਉਹ ਖੇਪ ਈਰਾਨ ਦੇ ਆਵਾਸ ਬੰਦਰਗਾਹ ਤੋਂ ਮੁਦਰਾ ਬੰਦਰਗਾਹ ਤੱਕ ਪਹੁੰਚੀ ਸੀ ਖਬਰਾਂ ਤਾਂ ਉਹ ਵੀ ਇਹੀ ਸੀ ਕਿ ਉਹ ਵੀ ਦਿੱਲੀ ਅਤੇ ਦਿੱਲੀ ਤੋਂ ਪੰਜਾਬ ਆਉਣੀ ਸੀ ਤਕਰੀਬਨ ਤਕਰੀਬਨ ਆ ਵੀ ਓਡੀ ਵੱਡੀ ਡਰੱਗ ਖੇਪ ਬਰਾਬਦ ਹੋਈ ਹੈ ਤੇ ਹੁਣ ਗੋਲੀਆਂ ਤਾਂ ਚਲਦੀਆਂ ਰਹਿੰਦੀਆਂ ਨੇ ਪਰ ਅਦਾਲਤੀ ਕੰਪਲੈਕਸ ਵਿੱਚ ਚੱਲ ਰਹੀ ਇਹ ਚਿੰਤਾ ਦਾ ਵਿਸ਼ਾ ਹੈ ਬਾਹਰੀ ਦਿੱਲੀ ਸਥਿਤ ਰਹੀਨੀ ਅਦਾਲਤ ਦੇ ਵਿੱਚ ਇੱਕ ਵਾਰ ਫਿਰ ਤੋਂ ਇਹ ਗੋਲੀ ਚੱਲੀ ਹੈ ਇੱਕ ਸੁਰੱਖਿਆ ਗਾਰਡ ਦੇ ਵੱਲੋਂ ਗੋਲੀ ਚਲਾਏ ਜਾਣ ਦੀ ਇਹ ਜਾਣਕਾਰੀ ਸਾਹਮਣੇ ਆਈ ਹੈ ਜਿਸ ਤੋਂ ਬਾਅਦ ਜਦੋਂ 1147 ਚੱਲੀ ਅਦਾਲਤੀ ਕੰਪਲੈਕਸ ਦੇ ਵਿੱਚ ਹੜਕੰਪ ਮਚ ਗਿਆ। ਰੋਹਣੀ ਅਦਾਲਤ ਦੇ ਵਿੱਚ 8 ਮਹੀਨਿਆਂ ਦੌਰਾਨ ਆ ਸ਼ੁੱਕਰਵਾਰ ਵਾਲੇ ਦਿਨ ਜਿਹੜੀ ਗੋਲੀ ਚੱਲੀ ਇਹ ਦੂਸਰੀ ਵਾਰ ਸੀ। ਪਰ ਇਸ ਵਾਰ ਮਾਮਲਾ ਪਹਿਲਾਂ ਨਾਲੋਂ ਕੁਝ ਵੱਖਰਾ ਸੀ। ਜਿਹੜੀ ਜਾਣਕਾਰੀ ਮੋਢਲੀ ਮਿਲਿਆ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਕਿ ਨਾਗਾ ਲੈਂਡ ਦੇ ਸੁਰੱਖਿਆ ਕਰਮੀ ਦੀ ਇੱਕ ਵਕੀਲ ਲੜਕਾ ਨੇ ਬਹਿਸ ਹੋ ਗਈ। ਬਹਿਸ ਤੋਂ ਬਾਅਦ ਗੱਲ ਹੱਥੋਂ ਪਾਈ ਤੱਕ ਆ ਗਈ ਤੇ ਉਹ ਸਥਿਤੀ ਨੂੰ ਕਾਬੂ ਕਰਨ ਦੇ ਵਾਸਤੇ ਸੁਰੱਖਿਆ ਕਰਮੀ ਨੇ ਰੋਹਣੀ ਅਦਾਲਤੀ ਕੰਪਲੈਕਸ ਦੇ ਵਿੱਚ ਏਕੇ 47 ਗੋਲੀ ਚਲਾ ਦਿੱਤੀ ਦਾਗ ਦਿੱਤੀ ਏਕੇ 47 ਜਾਣਕਾਰੀ ਦੇ ਅਨੁਸਾਰ ਸੁਰੱਖਿਆ ਕਰਮੀ ਨਾਗਾਲੈਂਡ ਆਰਮਡ ਫੋਰਸ ਦਾ ਜਵਾਨ ਹੈ ਸ਼ੁੱਕਰਵਾਰ ਦਾ ਸਵੇਰਾ ਸੀ ਇੱਕ ਵਕੀਲ ਅਦਾਲਤੀ ਕੰਪਲੈਕਸ ਦੇ ਵਿੱਚ ਦਾਖਲ ਹੋ ਰਿਹਾ ਸੀ ਉਸੇ ਦੌਰਾਨ ਉੱਥੇ ਤਾਇਨਾਤ ਸੁਰੱਖਿਆ ਕਰਮੀ ਨੇ ਵਕੀਲ ਨੂੰ ਆਖਿਆ ਕਿ ਜਾਂਚ ਕਰਨੀ ਹੈ ਤੁਹਾਡੀ ਬਸ ਕਹਿੰਦੇ ਐਸੀ ਗੱਲ ਨੂੰ ਲੈ ਕੇ ਦੋਵਾਂ ਦੇ ਵਿਚਕਾਰ ਡਿਬੇਟ ਦੋਵਾਂ ਦੇ ਵਿਚਕਾਰ ਬਹਿਸ ਸ਼ੁਰੂ ਹੋ ਗਈ ਇਸ ਦੌਰਾਨ ਵਕੀਲ ਨੇ ਸੁਰੱਖਿਆ ਕਰਮਚਾਰੀ ਤੋਂ ਕਹਿੰਦੇ ਹਥਿਆਰ ਖੋਣ ਦੀ ਕੋਸ਼ਿਸ਼ ਕੀਤੀ ਤੇ ਉਹਦੇ ਤੋਂ ਬਾਅਦ ਸੁਰੱਖਿਆ ਕਰਮਚਾਰੀ ਨੇ ਫਿਰ ਗੋਲੀ ਚਲਾਈ ਪਰ ਗੋਲੀਆਂ ਜ਼ਮੀਨ ਵੱਲੋਂ ਚਲਾਈਆਂ ਉਹਦੇ ਤੋਂ ਬਾਅਦ ਖਬਰ ਬਣ ਰਹੀ ਹੈ ਕਿ ਪੁਲਿਸ ਨੇ ਜਵਾਨ ਨੂੰ ਹਿਰਾਸਤ ਵਿੱਚ ਲੈ ਲਿਆ ਸੀਸੀਟੀਵੀ ਕੈਮਰੇ ਦੀ ਫੁਟੇਜ ਨੂੰ ਹੁਣ ਵੇਖਿਆ ਜਾ ਰਿਹਾ ਹੈ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਸੀਸੀਟੀਵੀ ਦੀ ਮਦਦ ਦੇ ਨਾਲ ਹੁਣ ਦੁੱਧ ਦਾ ਦੁੱਧ ਤੇ ਪਾਣੀ ਦਾ ਪਾਣੀ ਹੋਣਾ ਕਿਉਂਕਿ ਵਕੀਲ ਕਹਿੰਦਾ ਕਿ ਇਹਨੇ ਮੇਰੇ ਨਾਲ ਬਤਵਜਿਹੀ ਕੀਤੀ ਹੈ ਸੁਰੱਖਿਆ ਕਰਮਚਾਰੀ ਕਹਿੰਦਾ ਹੈ ਕਿ ਮੈਂ ਜੀ ਇਹਨਾਂ ਦੀ ਜਾਂਚ ਪੜਤਾਲ ਕਰਨ ਵਾਸਤੇ ਰੋਕਿਆ ਸੀ ਵਕੀਲ ਦੋਸ਼ ਲਾ ਰਹੇ ਨੇ ਕਿ ਸੁਰੱਖਿਆ ਚੈਕਿੰਗ ਦੇ ਦੌਰਾਨ ਦੁਰਵਿਹਾਰ ਕੀਤਾ ਗਿਆ ਇਸ ਕਰਕੇ ਸੀਸੀਟੀਵੀ ਫੁਟੇਜ ਦੇਖੀ ਜਾ ਰਹੀ ਹੈ ਕਿ ਗਲਤੀ ਕੀਤੀ ਹੈ ਕਿ ਸੱਚਮੁੱਚ ਦੁਰਵਿਹਾਰ ਕੀਤਾ ਗਿਆ ਜਾਂ ਫਿਰ ਸੁਰੱਖਿਆ ਕਰਮੀ ਨੇ ਜਾਣ ਬੁੱਝ ਕੇ ਗੋਲੀ ਚਲਾਈ ਹੈ ਵੇਖਦੇ ਹਾਂ ਕਿ ਇਹਦੇ ਵਿੱਚੋਂ ਨਿਕਲਦਾ ਕੀ ਹੈ ਤੁਹਾਨੂੰ ਯਾਦ ਕਰਵਾ ਦਿਆਂ ਕਿ ਪਿਛਲੇ ਵਰੇ ਸਤੰਬਰ ਦੇ ਆਖਰੀ ਹਫਤੇ ਦੋ ਬਦਮਾਸ਼ਾਂ ਨੇ ਰੋਹਣੀ ਅਦਾਲਤ ਅੱਚ ਅੰਨੇਵਾ ਗੋਲੀਆਂ ਚਲਾਈਆਂ ਸੀ ਗੋਲੀਆਂ ਚਲਾ ਕੇ ਜਤਿੰਦਰ ਮਾਨ ਉਰਫ ਗੋਗੀ ਦਾ ਕਤਲ ਕਰ ਦਿੱਤਾ ਸੀ ਘਟਨਾ ਸਮੇ ਉਸ ਨੂੰ ਅਦਾਲਤ ਦੇ ਵਿੱਚ ਪੇਸ਼ ਕਰਨ ਵਾਸਤੇ ਲਿਆਂਦਾ ਗਿਆ ਸੀ ਪਰ ਇਹ ਘਟਨਾ ਉਹਦੇ ਨਾਲੋਂ ਕੁਝ ਵੱਖਰੀ ਹੈ ਅਗਲੀ ਜਿਹੜੀ ਗੱਲ ਆ ਚਰਨਜੀਤ ਸਿੰਘ ਚੰਨੀ ਹੋਰਾਂ ਨੇ 10 ਮਾਰਚ ਤੋਂ ਬਾਅਦ ਪਹਿਲੀ ਵਾਰੀ ਕੱਲ ਚੁੱਪ ਤੋੜੀ ਹੈ ਪੰਜਾਬ ਦੇ ਹੁਣ ਉਹ ਸਾਬਕਾ ਮੁੱਖ ਮੰਤਰੀ ਬਣ ਚੁੱਕੇ ਨੇ ਸ਼ਰਮਨਾਕ ਤੇ ਕਰਾਰੀ ਹਾਰ ਮਿਲੀ ਆ ਕਾਂਗਰਸ ਪਾਰਟੀ ਨੂੰ ਅਤੇ ਚਰਨਜੀਤ ਸਿੰਘ ਚੰਨੀ ਹੋਰਾਂ ਦੀ ਅਗਵਾਈ ਦੇ ਵਿੱਚੋਂ ਚੋਣ ਵਾਲੀ ਸੀ ਸੇਹਰਾਪਾਪ ਚੰਨੀ ਦੇ ਬਣਿਆ ਗਿਆ ਸੀ ਕਹਿੰਦੇ ਫਿਰ ਹੋ ਗਈ ਚੰਨੀ ਚੰਨੀ ਨਹੀਂ ਜਦ ਚੁੰਨੀ ਲੱਕ ਨਾਲ ਬੰਨੀ ਨਹੀਂ ਉਹ ਬੰਨੀਆਂ ਬਣਾਈ ਰਹਿ ਗਈਆਂ ਕਾਂਗਰਸ ਦੀ ਹਾਰ ਦੀ ਜ਼ਿੰਮੇਵਾਰੀ ਕੌਣ ਕਬੂਲੇ ਕੀ ਰਾਹੁਲ ਕਬੂਲਣ ਕਿ ਹਾਸੀ ਮੈਂ ਜ਼ਿੰਮੇਵਾਰ ਹਾਂ ਕਿ ਚੰਨੀ ਕਬੂਲੇ ਪਰ ਚੰਨੀ ਚੁੱਪ ਕਰਕੇ ਆ ਸੀ ਦੋਸ਼ ਮੜਿਆ ਜਾ ਰਿਹਾ ਸਿਰਫ ਤੇ ਸਿਰਫ ਨਵਜੋਤ ਸਿੰਘ ਸਿੱਧੂ ਤੇ ਪਰ ਹੁਣ ਆਖਰਕਾਰ ਕਹਿੰਦੇ ਮੁੜਕੜ ਕੇ ਖੋਤੀ ਬੋੜਹੇਠ ਆਈ ਹੈ ਚਰਨਜੀਤ ਸਿੰਘ ਚੰਨੀ ਹੋਰਾਂ ਨੇ ਆਖਿਆ ਕਿ ਉਹ ਮੁੱਖ ਮੰਤਰੀ ਵੀ ਸੀ ਅਤੇ ਕਾਂਗਰਸ ਨੇ ਉਹਨਾਂ ਨੂੰ ਇੱਕ ਵਾਰ ਫਿਰ ਤੋਂ ਮੁੱਖ ਮੰਤਰੀ ਦਾ ਉਮੀਦਵਾਰ ਐਲਾਨਿਆ ਸੀ। ਲਿਹਾਜ਼ਾ ਉਹ ਕਾਂਗਰਸ ਦੀ ਹਾਰ ਦੀ ਜ਼ਿੰਮੇਵਾਰੀ ਕਬੂਲ ਦੇ ਰਹੇ। ਇਹਦੇ ਨਾਲ ਹੀ ਉਹਨਾਂ ਗੱਲਾਂ-ਗੱਲਾਂ ਦੇ ਵਿੱਚ ਨਵਜੋਤ ਸਿੰਘ ਸਿੱਧੂ ਤੇ ਵੀ ਨਿਸ਼ਾਨਾ ਬਣਦਾ। ਉਹ ਕਹਿੰਦੇ ਮੁੱਖ ਮੰਤਰੀ ਦੇ ਤੌਰ ਤੇ ਤਾਂ ਆਪਣੀ ਜ਼ਿੰਮੇਵਾਰੀ ਲੈਂਦੇ ਐ ਪਰ ਪਾਰਟੀ ਪ੍ਰਧਾਨ ਦੀਆਂ ਜ਼ਿੰਮੇਵਾਰੀਆਂ ਕੀ ਹੁੰਦੀਆਂ ਨੇ? ਇਹਦੇ ਬਾਰੇ ਨਹੀਂ ਉਹ ਗੱਲ ਕਰ ਸਕਦੇ। ਇਸੇ ਦੌਰਾਨ ਚਰਨਜੀਤ ਚੰਨੀ ਨੇ ਰਾਜਾ ਵੜਿੰਗ ਦੇ ਵੱਲੋਂ ਅਹੁਦੇ ਦੀ ਜ਼ਿੰਮੇਵਾਰੀ ਸੰਭਾਲਣ ਤੇ ਉਹਨਾਂ ਨੂੰ ਜਿੱਥੇ ਸ਼ੁਭ ਕਾਮਨਾਵਾਂ ਦਿੱਤੀਆਂ ਉੱਥੇ ਨਾਲ ਆਖਿਆ ਕਿ 올 ਇੰਡੀਆ ਯੂਥ ਕਾਂਗਰਸ ਦੇ ਪ੍ਰਧਾਨ ਹੋਣ ਤੇ ਵੜਿੰਗ ਨੇ ਚੰਗਾ ਕੰਮ ਕੀਤਾ ਸੀ ਉਹਨਾਂ ਨੂੰ ਹੁਣ ਵੀ ਉਮੀਦ ਹੈ ਕਿ ਰਾਜਾ ਵੜਿੰਗ ਕਾਂਗਰਸ ਨੂੰ ਨਵੀਆਂ ਬੁਲੰਦੀਆਂ ਤੇ ਲੈ ਕੇ ਜਾਣਗੇ ਪਰ ਦੂਸਰੇ ਪਾਸੇ ਨਵਜੋਤ ਸਿੰਘ ਸਿੱਧੂ ਪਹੁੰਚੇ ਤਾਂ ਜ਼ਰੂਰ ਪਰ ਇਹ ਸਮਾਗਮ ਦਾ ਹਿੱਸਾ ਨਹੀਂ ਸੀ ਬਣੇ ਸਿੱਧੂ ਨੇ ਆਪਣੀ ਗੱਲ ਆਖ ਦਿੱਤੀ ਹੈ ਨਵਜੋਤ ਸਿੰਘ ਸਿੱਧੂ ਕਹਿੰਦੇ ਹਰ ਵਿਅਕਤੀ ਨੂੰ ਆਪਣੀ ਗੱਲ ਰੱਖਣ ਦਾ ਹੱਕ ਹੈ ਪਰ ਚੋਣਾ ਚਿਹਾਰ ਤੋਂ ਬਾਅਦ ਅੱਜ ਤੱਕ ਕਹਿੰਦੇ ਬੋਲੇ ਹੀ ਨਹੀਂ ਸੀ ਜਨਾਬ ਪਰ ਉਹ ਅੱਜ ਵੀ ਡੰਕੇ ਦੀ ਚੋਟ ਤੇ ਕਹਿੰਦੇ ਆ ਕਿ ਕਾਂਗਰਸ ਕਿਉਂ ਹਾਰੀ ਕਾਂਗਰਸ ਕਹਿੰਦੇ 5 ਸਾਲ ਦੇ ਮਾਫੀਆ ਰਾਜ ਕਰਕੇ ਹਾਰੀ ਕਹਿੰਦੇ ਮੈਂ ਤੁਹਾਨੂੰ ਦੱਸ ਰਿਹਾ ਕਿ ਅੱਜ ਵੀ ਕਾਂਗਰਸ ਨੂੰ ਮਾਫੀਆ ਅੰਦਰੋਂ ਅੰਦਰ ਹੀ ਘੁਣ ਵਾਂਗੂ ਖਾ ਰਿਹਾ ਹੈ ਕਹਿੰਦੇ ਇਹ ਮਾਫੀਆ ਪੰਜਾਬ ਨੂੰ ਵੀ ਘੁਣ ਵਾਂਗੂ ਖਾ ਰਿਹਾ ਹੈ ਪਰ ਆ ਜਿਹੜੀ ਗੱਲ ਅਗਲੀ ਆ ਕੇ ਉਹ ਸੱਚਮੁੱਚ ਬਹੁਤ ਵੱਡੀ ਆ ਤੇ ਇਹਦੀ ਜਾਂਚ ਹੋਣੀ ਚਾਹੀਦੀ ਹੈ। ਉਹ ਕਹਿੰਦਾ ਜੇ ਕਾਂਗਰਸ ਨੂੰ ਘਣ ਵਾਂਗੂ ਖਾ ਰਿਹਾ ਹੈ ਪੰਜਾਬ ਨੂੰ ਘਣ ਵਾਂਗੂ ਖਾ ਰਿਹਾ ਹੈ ਮਾਫੀਆ ਦੇ ਵਿੱਚ ਹੱਥ ਹੈ ਮੁੱਖ ਮੰਤਰੀਆਂ ਦਾ ਮੁੱਖ ਮੰਤਰੀ ਵੀ ਸ਼ਾਮਲ ਸੀ। ਤੇ ਰੇਹਿੰਦੀ ਖੁੰਦੀ ਕਾਸਰ ਉਹਨਾਂ ਦੇ ਮੀਡੀਆ ਐਡਵਾਈਜ਼ਰ ਸੁਰਿੰਦਰ ਡੱਲਾ ਨੇ ਇੱਕ ਟਵੀਟ ਕਰਕੇ ਕੱਢ ਦਿੱਤੀ। ਉਹਨਾਂ ਨੇ ਟਵੀਟ ਦੇ ਵਿੱਚ ਲਿਖਿਆ ਕਿ ਨਵੇਂ ਕਾਂਗਰਸ ਆ ਦੇ ਪ੍ਰਧਾਨ ਦੇ ਸੋਚੁਕ ਭਾਸ਼ਣ ਦੇ ਵਿੱਚੋਂ ਪੰਜਾਬ ਲਈ ਸੰਘਰਸ਼ੀ ਦਿਲਕਾਰ ਪੰਜਾਬ ਦੇ ਮੁੱਦਿਆਂ ਦੀ ਲੜਾਈ ਦਾ ਖੁੱਲਾ ਐਲਾਨ ਅਤੇ ਕਾਂਗਰਸ ਤੋਂ ਕ腐ਸ਼ਨ ਅਤੇ corrupt ਲੀਡਰਾਂ ਦੇ ਖਾਤਮੇ ਵਰਗੇ ਮੁੱਦੇ ਗਾਇਬ ਸੀ ਪ੍ਰਾਊਡ ਆਫ ਯੂ ਨਵਜੋਤ ਸਿੰਘ ਸਿੱਧੂ ਜੋ ਅਹੁਦਿਆਂ ਲਈ ਨਹੀਂ ਪੰਜਾਬ ਲਈ ਜਿਉਂਦਾ ਮਰਦਾ ਹੈ ਪੰਜਾਬੀਆਂ ਨੂੰ ਤੁਹਾਡੇ ਤੋਂ ਬਹੁਤ ਉਮੀਦਾਂ ਨੇ ਨਵਜੋਤ ਸਿੰਘ ਸਿੱਧੂ ਨੇ ਆਪਣੀ ਗੱਲ ਕਰਦਿਆਂ ਦਰਅਸਲ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਅਤੇ ਭ੍ਰਿਸ਼ਟਾਚਾਰ ਵਰਗੇ ਸਿੱਧੇ ਸਿੱਧੇ ਇਲਜ਼ਾਮ ਲਾ ਦਿੱਤੇ ਹੈ ਇਹਦੇ ਨਾਲ ਹੀ ਕਾਂਗਰਸ ਪਾਰਟੀ ਨੇ ਅਮਰਿੰਦਰ ਰਾਜਾਵੜਿੰਗ ਨੂੰ ਪ੍ਰਧਾਨਤਾ ਬਣਾ ਦਿੱਤਾ ਹੈ ਉਹਦਾ ਵੀ ਕੱਲ ਸੰਭਾਲ ਲਿਆ ਪਰ ਉਸ ਸਮਾਗਮ ਦੇ ਵਿੱਚ ਕਾਂਗਰਸ ਕੋਈ ਚੰਗਾ ਸੁਨੇਹਾ ਨਹੀਂ ਦੇ ਸਕੀ ਜਦੋਂ ਰਾਜਾਵੜਿੰਗ ਆਪਣੀ ਕੁਰਸੀ ਤੇ ਬੈਠੇ ਤਾਂ ਉਹਨਾਂ ਦੇ ਨਾਲ ਇੱਕ ਕਾਰਜਕਾਰੀ ਪ੍ਰਧਾਨ ਲਾਇਏ ਨੇ ਭਾਰਤ ਭੂਸ਼ਣ ਆਸ਼ੂ ਭਾਰਤ ਭੂਸ਼ਣ ਆਸ਼ੂ ਪਿੱਛੇ ਖੜੇ ਸੀ ਉਹਨਾਂ ਦੇ ਅੱਗੇ ਖੜੇ ਸਨ ਜਿਹੜੇ ਪੰਜਾਬ ਕਾਂਗਰਸ ਦੇ ਇੰਚਾਰਜ ਲਾਇਏ ਨੇ ਹਰੀਸ਼ ਚੌਧਰੀ ਰਾਜਾਵੜਿੰਗ ਨੇ ਚੌਧਰੀ ਨੂੰ ਪਿੱਛੇ ਕਰਤਾ ਆਸ਼ੂ ਫੜ ਕੇ ਮੂਰੇ ਲਿਆਂਦਾ ਕੁਝ ਮਿੰਟਾਂ ਸਕਿੰਟਾਂ ਚ ਖੇਡ ਫਿਰ ਬਦਲ ਗਈ ਆਸ਼ੂ ਨੇ ਕੀ ਕੀਤਾ ਟੇਬਲ ਦੇ ਉੱਤੇ ਬਰਫੀ ਦੀ ਪਲੇਟ ਪਈ ਸੀ ਉਹਦੇ ਵਿੱਚੋਂ ਇੱਕ ਬਰਫੀ ਦਾ ਪੀਸ ਚੱਕਿਆ ਅਤੇ ਰਾਜਾ ਵੜਿੰਗ ਦੇ ਮੂੰਹ ਚ ਪਾਉਣ ਲੱਗੇ ਤੇ ਫਿਰ ਜਿਹਨਾਂ ਨੂੰ ਧੱਕ ਕੇ ਪਿੱਛੇ ਕੀਤਾ ਸੀ ਉਹਨਾਂ ਨੇ ਹੱਥ ਫੜ ਲਿਆ ਆਸ਼ੂ ਦਾ ਪਹਿਲਾਂ ਬਰਫੀ ਵਾਲੀ ਪਲੇਟ ਚੱਕੀ ਫਿਰ ਕੰਧ ਵਾਲਾ ਬਰਫੀ ਵਾਲਾ ਪੀਸ ਵੀ ਇੱਧਰ ਫੜਾ ਉਹ ਪੀਸ ਫੜ ਕੇ ਪ੍ਰਤਾਪ ਸਿੰਘ ਬਾਦਵਾ ਨੂੰ ਖੜਾ ਦਿੱਤਾ ਤੇ ਆਸ਼ੂ ਹੋਰਾਂ ਨੂੰ ਰਾਜਾ ਵੜਿੰਗ ਦਾ ਮੂੰਹ ਤੱਕ ਮਿੱਠਾ ਨਹੀਂ ਕਰਵਾਉਣ ਦਿੱਤਾ ਗਿਆ। ਇਸੇ ਸਮਾਗਮ ਦੇ ਵਿੱਚ ਮਨਪ੍ਰੀਤ ਬਾਦਲ ਗੈਰ ਹਾਜ਼ਰ ਰਹੇ। ਨਵਜੋਤ ਸਿੰਘ ਸਿੱਧੂ ਨੇ ਵਧਾਈਆਂ ਦਿੱਤੀਆਂ ਪਰ ਗੈਰ ਹਾਜ਼ਰ ਰਹੇ। ਹਾਲਾਂਕਿ ਰਾਜਾ ਵੜਿੰਗ ਦਾ ਕੋਈ ਧੜਾ ਨਹੀਂ ਪਰ ਕੀ ਸਭ ਨੂੰ ਨਾਲ ਲੈ ਕੇ ਚੱਲ ਸਕਣਗੇ? ਅਨੁਸ਼ਾਸਨ ਦਾ ਪਾਠ ਪੜਾਇਆ ਕਿ ਸਖਤੀ ਨਾਲ ਲਾਗੂ ਕਰਾਂਗੇ। ਪਰ ਜਿਹੜਾ ਸੁਨੇਹਾ ਪਹਿਲੇ ਦਿਨ ਦਿੱਤਾ ਜਾਣਾ ਚਾਹੀਦਾ ਸੀ ਕਾਂਗਰਸ ਪਾਰਟੀ ਦੇ ਵੱਲੋਂ ਉਹ ਦਿੱਤਾ ਨਹੀਂ ਜਾ ਸਕਿਆ। ਇਹਦੇ ਨਾਲ ਨਾਲ ਸਾਬਕਾ ਪ੍ਰਧਾਨ ਸੁਨੀਲ ਜਾਖੜ ਵੀ ਨਾਦਾਰਦ ਰਹੇ। ਸੁਨੀਲ ਜਾਖੜ ਵੀ ਇਸ ਸਮਾਰੋਹ ਦਾ ਹਿੱਸਾ ਨਹੀਂ ਬਣੇ ਪਰ ਆ ਜੋ ਕੁਝ ਹੋਇਆ ਮੂੰਹ ਮਿੱਠਾ ਬਣਾਉਣ ਨੂੰ ਲੈ ਕੇ ਕਦੇ ਕੂਣੀ ਦੇ ਕੇ ਇੱਕ ਨੂੰ ਅੱਗੇ ਕਰਤਾ ਦੂਸਰੇ ਨੂੰ ਪਿੱਛੇ ਕਰ ਦਿੱਤਾ ਲੱਗਦਾ ਹੈ ਕਿ ਕਾਂਗਰਸ ਜੋ ਕਰਨਾ ਚਾਹੁੰਦੀ ਹੈ ਸਭ ਕੁਝ ਚੰਗਾ ਨਹੀਂ ਫਿਰ ਨਵਜੋਤ ਸਿੰਘ ਸਿੱਧੂ ਮਿਲਣ ਵਾਸਤੇ ਪਹੁੰਚੇ ਗਵਰਨਰ ਨੂੰ ਰਾਜਪਾਲ ਨੂੰ ਹਾਲਾਂਕਿ ਉਹ ਪ੍ਰਧਾਨ ਨਹੀਂ ਤੇ ਜਦੋਂ ਪੁੱਛਿਆ ਗਿਆ ਕਿ ਉਹ ਚਲੇ ਗਏ ਤੇ ਤੁਹਾਡੇ ਚੋਂ ਕਿਸੇ ਨੂੰ ਨਾਲ ਲੈ ਕੇ ਸਾਬਕਾ ਉਪ ਮੁੱਖ ਮੰਤਰੀ ਰੰਧਾਵਾ ਨੂੰ ਪੁੱਛਿਆ ਉਹ ਕਹਿੰਦੇ ਮਾਰੀ ਕੀਤੀ ਉਹਨੇ ਔਰ ਕਹਿੰਦੇ ਨਾਲ ਵੀ ਉਹਨਾਂ ਨੂੰ ਲੈ ਕੇ ਗਿਆ ਸਿੱਧੂ ਜਿਹੜੇ ਪਾਰਟੀ ਚੋਂ ਕੱਢੇ ਨੇ ਪਰ ਮੇਰੀ ਕਹਿੰਦੇ ਬੋਲ ਬਾਣੀ ਬੰਦ ਐ ਸਿੱਧੂ ਨਾਲ ਹੁਣ ਤੁਸੀਂ ਦੇਖੋ ਕਿੰਨਾ ਕੁ ਚੰਗਾ ਚੱਲ ਰਿਹਾ ਹੈ ਪਰ ਦੂਸਰੇ ਪਾਸੇ ਕਹਿੰਦੇ ਜਦੋਂ ਉਹਨਾਂ ਨੂੰ ਪੁੱਛਿਆ ਗਿਆ ਕਿ ਸਿੱਧੂ ਤਾਂ ਲੱਗਦਾ ਨਵੀਂ ਪਾਰਟੀ ਬਣਾਉ ਉਹ ਕਹਿੰਦੇ ਭਾਈ ਲੋਕਤੰਤਰ ਐ ਭਾਵੇਂ ਕੋਈ ਵੀ ਪਾਰਟੀ ਨਵੀਂ ਬਣਾ ਲਵੇ ਹੁਣ ਵੇਖੋ ਕਿ ਸਿੱਧੂ ਸੱਚਮੁੱਚ ਪਰਤੋਲ ਰਹੇ ਨੇ ਪਰ ਜੋ ਆ ਕੁਝ ਘਟਨਾ ਕਰਨ ਵਾਪਰਿਆ ਇਹ ਲੱਗਦਾ ਨਹੀਂ ਕਿ ਸਾਰੇ ਇੱਕਮਿਕ ਹੋ ਗਏ ਜਾਂ ਇੱਕ ਸੂਤਰ ਵਿੱਚ ਪਰੋਏ ਜਾ ਸਕਣਗੇ ਤੇ ਅਗਲੀ ਜਿਹੜੀ ਜਾਣਕਾਰੀ ਐ ਐਂਬੂਲੈਂਸ ਦੇ ਨਾਂ ਦੇ ਉੱਤੇ ਪੰਜਾਬ ਦੇ ਵਿੱਚ ਠੱਗੀ ਕਿੱਡੀ ਵੱਜ ਰਹੀ ਹੈ ਪਰ ਕਈ ਵਾਰੀ ਪਤਾ ਨਹੀਂ ਹੁੰਦਾ ਕਿ ਜੋ ਅਸੀਂ ਕੰਮ ਕਰ ਰਹੇ ਹਾਂ ਇਹਦੇ ਹਰਜਾਨੇ ਵੀ ਭੁਗਤਣੇ ਪੈਣਗੇ ਵਿਧਾਇਕ ਐਡਵੋਕੇਟ ਦਿਨੇਸ਼ ਚੱਡਾ ਨੇ 16 ਅਪ੍ਰੈਲ ਨੂੰ ਰੋਪੜ ਤੋਂ ਚੰਡੀਗੜ੍ਹ ਰੋਡ ਤੇ ਸਥਿਤ ਸੋਲਖੀਆਂ ਟੋਲ ਪਲਾਜ਼ਾ ਦੇ ਕੋਲ ਐਂਬੂਲੈਂਸ ਦੀ ਚੈੱਕ ਕੀਤੀ ਚੈਕਿੰਗ ਕਰਨ ਤੇ ਪਤਾ ਲੱਗਿਆ ਕਿ ਐਂਬੂਲੈਂਸ ਤਾਂ ਇੱਕ ਟੈਕਸੀ ਵਰਗੀ ਹੋਈ ਹੈ ਨਾ ਕੋਈ ਫਾਸਟ ਏਡ ਦਾ ਸਮਾਨ ਹੈ ਨਾ ਕੋਈ ਵਿੱਚ ਮੈਡੀਕਲ ਅਟੈਂਡੈਂਟ ਹੈ ਅਸਲ ਦੇ ਵਿੱਚ ਇਹ ਹੈਰਾਨੀ ਵਾਲੀ ਗੱਲ ਨਹੀਂ ਪੰਜਾਬ 'ਚ ਜਦੋਂ ਵੀ ਤੁਸੀਂ ਕੋਈ ਐਂਬੂਲੈਂਸ ਦੇਖੋ ਕੋਈ ਚ ਹੁੰਦਾ ਵੀ ਨਹੀਂ ਆਕਸੀਜਨ ਸਿਲੰਡਰ ਦੀਆਂ ਪਾਈਪਾਂ ਖੁੱਲੀਆਂ ਪਈਆਂ ਸੀ ਅਸਲ ਦੇ ਵਿੱਚ ਵਿਧਾਇਕ ਨੂੰ ਸ਼ਿਕਾਇਤ ਮਿਲੀ ਸੀ ਇਸ ਮਾਮਲੇ 'ਚ ਉਹਨਾਂ ਨੇ ਜਾ ਕੇ ਚੈੱਕ ਅਪ ਕਰ ਲਈ ਫਿਰ ਉਹਨਾਂ ਨੇ ਨੈਸ਼ਨਲ ਹਾਈਵੇ ਅਥਾਰਟੀ ਨੂੰ ਉਹਨਾਂ ਦੇ ਉੱਚ ਅਧਿਕਾਰੀਆਂ ਨੂੰ ਕਾਰਵਾਈ ਕਰਨ ਵਾਸਤੇ ਆਖ ਦਿੱਤਾ ਤੇ ਕਾਰਵਾਈ ਪੈ ਗਈ ਫਿਰ ਹਾਈਵੇ ਮੇਨ ਟੈਕਸ ਕਮ ਰੈਜ਼ੀਡੈਂਟ ਇੰਜੀਨੀਅਰ ਨੇ ਬੀਐਸਸੀ ਸੀਐਂਡਸੀ ਕੰਪਨੀ ਦੀ ਐਂਬੂਲੈਂਸ ਨੂੰ ਮਾੜੇ ਪ੍ਰਬੰਧਾਂ ਦੇ ਲਈ ਅਤੇ ਐਗਰੀਮੈਂਟ ਦੀਆਂ ਸ਼ਰਤਾਂ ਨਾ ਪੂਰੀਆਂ ਕਰਨ ਵਾਸਤੇ 7 ਲੱਖ ਰੁਪਏ ਦਾ ਜੁਰਮਾਨਾ ਠੋਕਤਾ ਬੀਐਸਸੀ ਸੀਐਂਡਸੀ ਕੰਪਨੀ ਨੂੰ ਜੁਰਮਾਨਾ ਦੇਣ ਦੇ ਨਾਲ ਐਂਬੂਲੈਂਸ ਸੇਵਾਵਾਂ ਨੂੰ ਤੁਰੰਤ ਠੀਕ ਕਰਨ ਦੇ ਵੀ ਆਰਡਰ ਦੇ ਦਿੱਤੇ ਦੱਸਣਾ ਬਣਦਾ ਕਿ ਐਡਵੋਕੇਟ ਦਿਨੇਸ਼ ਚੱਡਾ ਨੇ ਜਦੋਂ ਐਂਬੂਲੈਂਸ ਦੀ ਖਸਤਾ ਹਾਲਤ ਹੋਣ ਬਾਬਤ ਸਬੰਧਤ ਅਧਿਕਾਰੀ ਨੂੰ ਪੁੱਛਿਆ ਕਿ ਦੱਸਿਓ ਬਈ ਇਹ ਐਂਬੂਲੈਂਸ ਦੀ ਆਹ ਹਾਲਤ ਆ ਜਿਹੜੀ ਕਦੋਂ-ਕਦੋਂ ਆਏ। ਉਹ ਕਹਿੰਦੇ ਜੀ ਪਿਛਲੇ 3 ਸਾਲ ਤੋਂ ਇਸ ਐਂਬੂਲੈਂਸ ਦੀ ਕਦੇ ਕਿਸੇ ਨੇ ਕੋਈ ਚੈੱਕ ਅਗਨੀ ਕੀਤੀ ਸਵਾਲ ਪ੍ਰਸ਼ਾਸਨ ਤੇ ਵੀ ਨਹੀਂ। ਇਸ ਐਂਬੂਲੈਂਸ ਦੀ ਨਾ ਕਦੇ ਆਰ.ਸੀ. ਪਾਸ ਕੋਈ ਹੈ ਨਹੀਂ ਉਹਨਾਂ ਕੋਲੇ। ਐਂਬੂਲੈਂਸ ਦੇ ਵਿੱਚ ਕਦੇ ਫਟੜ ਹੋਏ ਵਿਅਕਤੀਆਂ ਨੂੰ ਹਸਪਤਾਲ ਲਿਜਾਣ ਤੱਕ ਤਾਂ ਇਹ ਟੈਕਸੀ ਰੂਪ ਵਿੱਚ ਕੰਮ ਕਰਦੀ ਆ ਪਰ ਨਾ ਕੋਈ ਮੈਡੀਕਲ ਅਟੈਂਡੈਂਟ ਨਾ ਕੋਈ ਆਕਸੀਜਨ ਹੋਰ ਕੁਝ ਨਹੀਂ ਇਹਦੇ 'ਚ। ਕੰਪਨੀ ਦੇ ਅਧਿਕਾਰੀ ਨੂੰ ਪੁੱਛ ਲਿਆ। ਕਹਿੰਦੇ ਤੁਸੀਂ ਦੱਸੋ ਵੀ ਅਖਸਤਾ ਹਾਲ ਤੁਸੀਂ ਐਂਬੂਲੈਂਸ ਲਈ ਫਿਰਦੇ ਹੋ ਇਹਦਾ ਜ਼ਿੰਮੇਵਾਰ ਕੌਣ ਹੈ ਉਹਨਾਂ ਕੋਲ ਇਸ ਸਵਾਲ ਦਾ ਕੋਈ ਜਵਾਬ ਨਹੀਂ ਸੀ ਤੇ ਮੌਕੇ ਤੇ ਕਾਰਵਾਈ ਕਰ ਦਿੱਤੀ ਗਈ 7 ਲੱਖ ਰੁਪਇਆ ਉਹਨਾਂ ਨੂੰ ਜੁਰਮਾਨਾ ਲਾ ਦਿੱਤਾ ਗਿਆ ਹੁਣ ਤੁਸੀਂ ਆਪ ਦੇਖਿਓ ਤੁਸੀਂ ਵੀ ਕਦੀ ਵੇਖ ਲਿਓ ਸ਼ਾਇਦ ਤੁਹਾਨੂੰ ਯਾਦ ਹੋਵੇ ਪਿਛਲੇ ਸਾਲ ਇੱਕ ਇਸ ਤਰ੍ਹਾਂ ਦਾ ਇੱਕ ਘਟਨਾਕਰਮ ਸੰਗਰੂਪ ਤੋਂ ਵਾਪਰਿਆ ਸੀ ਨਵਾਂ ਨਵਾਂ ਡਰਾਈਵਰ ਰੱਖਿਆ ਸੀ ਤਨਕ ਦਿਨ ਹੋਈ ਸੀ ਥੋੜੀ ਦੇਰ ਬਾਅਦ ਮਰੀਜ਼ ਮਰ ਗਿਆ ਸੀ ਪੁੱਛਿਆ ਕਿ ਆਕਸੀਜਨ ਦਿੱਤੀ ਆਕਸੀਜਨ ਤੋਂ ਬਗੈਰ ਤਾਂ ਇਹਨੂੰ ਟ੍ਰਾਂਸਫਰ ਨਹੀਂ ਕੀਤਾ ਜਾ ਸਕਦਾ ਉਹ ਕਹਿੰਦਾ ਜੀ ਮੈਨੂੰ ਨਹੀਂ ਪਤਾ ਮੈਂ ਤਾਂ 3 ਦਿਨ ਪਹਿਲਾਂ ਡਰਾਈਵਰ ਲੱਗੇ ਆ ਮੈਨੂੰ ਤਾਂ ਸਿਰਫ ਆ ਕੇ ਹੱਸ ਕੇ ਟੂਟੀ ਆਨ ਕਰਨੀ ਟੂਟੀ ਆਫ ਕਰਨੀ ਆ ਮੈਨੂੰ ਕਹਿੰਦੇ ਸੀ ਸਿਲੰਡਰ ਪੂਰਾ ਆਕਸੀਜਨ ਦਾ ਮੈਨੂੰ ਨਹੀਂ ਪਤਾ ਕਿ ਸੱਚਮੁੱਚ ਇਹ ਪੂਰਾ ਸੀ ਜਾਂ ਨਹੀਂ ਇਹ ਜੇ ਕੰਮ ਤਾਂ ਉੱਥੇ ਐਂਬੂਲੈਂਸ ਦੇ ਆ ਪਰ ਆ ਸੱਚਮੁੱਚ ਜੇ ਇਸ ਤਰ੍ਹਾਂ ਦੀਆਂ ਕਾਰਵਾਈਆਂ ਪੈਣ ਐਂਬੂਲੈਂਸਿਸ ਦੇ ਉੱਤੇ ਬਹੁਤ ਸਾਰੇ ਦੋਸ਼ ਲੱਗੇ ਆ ਕਿ ਮਰੀਜ਼ ਢੋਣ ਜਾਂ ਡੈੱਡ ਬੋਡੀਜ਼ ਇਧਰੋਂ ਉਧਰੋਂ ਲਿਜਾਣ ਵਾਸਤੇ ਨਹੀਂ ਸਗੋਂ ਹੋਰ ਗੈਰਕਾਨੂੰਨੀ ਧੰਦੇ ਵਾਸਤੇ ਵਰਤੀਆਂ ਜਾਂਦੀਆਂ ਰਹੀਆਂ ਨੇ ਤੇ ਆਹ ਜਿਹੜੀ ਖਬਰ ਹੈ ਇਹਨੇ ਸੱਚਮੁੱਚ ਆਪ ਸਰਕਾਰ ਭਗਵੰਤ ਮਾਨ ਸਰਕਾਰ ਬੈਕਫੁੱਟ ਤੇ ਲਿਆਂਦੀ ਹੈ ਪੰਜਾਬ ਦੇ ਵਿੱਚ 2000 ਕਿਸਾਨਾਂ ਦੇ ਗ੍ਰਿਫਤਾਰੀ ਵਾਰੰਟ ਜਾਰੀ ਕਰ ਦਿੱਤੇ ਗਏ ਇਹ ਗ੍ਰਿਫਤਾਰੀ ਵਾਰੰਟ ਜਾਰੀ ਹੋਣ ਤੋਂ ਬਾਅਦ ਆਮ ਆਦਮੀ ਪਾਰਟੀ ਦੀ ਸਰਕਾਰ ਬੈਕਫੁੱਟ ਤੇ ਆ ਗਈ ਹੈ ਤੇ ਸਰਕਾਰ ਦੀ ਇਸ ਲਾਪਰਵਾਹੀ ਦੇ ਕਾਰਨ ਕਿਸਾਨ ਯੂਨੀਅਨਾਂ ਦੇ ਵਿੱਚ ਗੁੱਸਾ ਹੈ ਉਹਨਾਂ ਨੇ ਪੰਜਾਬ ਨੂੰ ਸਿੰਗੂ ਸਰਹੱਦ ਬਣਾਉਣ ਦੀ ਚੇਤਾਵਨੀ ਦੇ ਦਿੱਤੀ ਹੈ ਤੇ ਇਸ ਚੇਤਾਵਨੀ ਤੋਂ ਬਾਅਦ ਪੰਜਾਬ ਦੇ ਖਜ਼ਾਨਾ ਮੰਤਰੀ ਹਰਪਾਲ ਚੀਮਾ ਨੇ ਵੀ ਸਫਾਈ ਦਿੱਤੀ ਹੈ ਕਿ ਜਿਹੜਾ ਵਾਰੰਟ ਜਾਰੀ ਹੋਇਆ ਨਾ ਇਹ ਅਸੀਂ ਨਹੀਂ ਪਿਛਲੀ ਸਰਕਾਰ ਦਾ ਕੀਤਾ ਕਰਾਇਆ ਜਿਨ੍ਹਾਂ ਨੂੰ ਅਸੀਂ ਰੋਕਿਆ ਹੈ ਪੰਜਾਬ ਦੇ ਕਿਸੇ ਵੀ ਕਿਸਾਨ ਦੀ ਕਹਿੰਦੇ ਅਸੀਂ ਗ੍ਰਿਫਤਾਰੀ ਨਹੀਂ ਹੋਣ ਦਿਆਂਗੇ ਉਹਨਾਂ ਇਹ ਵੀ ਕਿਹਾ ਕਿ ਜਿੰਨੇ ਵੀ ਵਾਰੰਟ ਜਾਰੀ ਹੋਏ ਨੇ ਉਹ ਵਾਪਸ ਲੈ ਲਏ ਗਏ ਆ ਦੱਸਣਾ ਬਣਦਾ ਕਿ ਫਿਰੋਜ਼ਪੁਰ ਦੇ ਵਿੱਚ 250 ਜਲਾਲਾਬਾਦ ਦੇ ਵਿੱਚ 400 ਗੁਰੂ ਹਰ ਸਹਾਏ ਫਾਜ਼ਲਕਾ ਤੇ ਮਾਨਸਾ ਦੇ ਵਿੱਚ ਦੱਸਿਆ ਜਾ ਰਿਹਾ ਕਿ 2200 ਇਹਦੇ ਨਾਲ ਨਾਲ ਬਠਿੰਡਾ ਬਰਨਾਲਾ ਫਰੀਦਕੋਟ ਤੇ ਮੋਗਾ ਜ਼ਿਲ੍ਹਿਆਂ ਦੇ ਵਿੱਚ ਵੀ ਇਹ ਵਾਰੰਟ ਜਾਰੀ ਕੀਤੇ ਗਏ। ਖਜ਼ਾਨਾ ਮੰਤਰੀ ਹਰਪਾਲ ਟੀਮਾ ਨੇ ਆਖਿਆ ਕਿ ਪਿਛਲੀ ਸਰਕਾਰ ਨੇ ਕਿਸਾਨਾਂ ਦੇ ਕਰਜ਼ਾ ਮੁਆਫੀ ਦਾ ਵਾਅਦਾ ਵੀ ਕੀਤਾ। ਉਹਨਾਂ ਦਸੰਬਰ 2021 ਦੇ ਵਿੱਚ ਆਖਿਆ ਕਿ 2 ਏਕੜ ਤੋਂ ਘੱਟ ਜਾਂ 2 ਏਕੜ ਤੋਂ ਕੁਝ ਵੱਧ ਜ਼ਮੀਨਾਂ ਵਾਲੇ ਕਿਸਾਨਾਂ ਦਾ ਕਰਜ਼ਾ ਮੁਆਫ ਕੀਤਾ ਜਾਏਗਾ। ਹਾਲਾਂਕਿ ਕਰਜ਼ਾ ਮੁਆਫ ਕਰਨ ਦੀ ਬਜਾਏ ਉਹ ਕਹਿੰਦੇ ਜਾਂਦੇ ਜਾਂਦੇ ਕਿਸਾਨਾਂ ਦੇ ਗ੍ਰਿਫਤਾਰੀ ਵਾਰੰਟ ਜਾਰੀ ਕਰ ਗਏ ਉਹਨਾਂ ਇਹ ਵੀ ਆਖਿਆ ਕਿ ਕਿਸਾਨਾਂ ਨੇ 2017 ਵਿੱਚ ਵੀ ਉਹਨਾਂ ਨਾਲ ਵਾਅਦਾ ਕੀਤਾ ਗਿਆ ਕਾਂਗਰਸ ਦੇ ਵੱਲੋਂ ਕਿ ਸਾਡੀ ਸਰਕਾਰ ਲਿਆਓ ਤੁਹਾਡੀ ਕਰਜ਼ਾ ਮਾਫੀ ਕਰ ਦਿਆਂਗੇ ਪਰ ਕਹਿੰਦੇ ਉਹ ਵਾਅਦਾ ਵਾਰੰਟਾਂ ਦੇ ਵਿੱਚ ਤਬਦੀਲ ਕਰ ਗਏ ਉਹ ਪੰਜਾਬ ਵਿਕਾਸ ਬੈਂਕ ਦੇ ਵੱਲੋਂ ਖਬਰਾਂ ਮਿਲੀਆਂ ਸੀ ਕਿ ਕੁਝ ਅਫਸਰਾਂ ਨੇ ਇਹ ਵਾਰੰਟ ਰੀ-ਇਸ਼ੂ ਕਰ ਦਿੱਤੇ ਸੀ ਪੰਜਾਬ ਸਰਕਾਰ ਨੇ ਜ਼ੋਰ ਦੇ ਕੇ ਆਖਿਆ ਕਿ ਕਿਸੇ ਦੀ ਵੀ ਗ੍ਰਿਫਤਾਰੀ ਨਹੀਂ ਕਰਾਂਗੇ ਅਤੇ ਨਾਲ ਹੀ ਚੀਮਾ ਨੇ ਇਹ ਵੀ ਆਖਿਆ ਕਿ ਅਸੀਂ ਇੱਕ ਪਾਲਿਸੀ ਬਣਾ ਰਹੇ ਹਾਂ ਕਿ ਕਿਸਾਨੀ ਨੂੰ ਕਿਸਾਨਾਂ ਨੂੰ ਕਰਜ਼ੇ ਤੋਂ ਬਾਹਰ ਕਿਵੇਂ ਕੱਢਿਆ ਜਾਵੇ ਖੇਤੀ ਨੂੰ ਫਾਇਦੇਮੰਦ ਕਿਵੇਂ ਬਣਾ ਲਿਆ ਜਾਵੇ ਅਤੇ ਕਿਸਾਨਾਂ ਨੂੰ ਤਰੱਕੀ ਦੇ ਰਾਹ ਤੇ ਕਿਵੇਂ ਲਿਆਂਦਾ ਜਾਵੇ ਉਹਨਾਂ ਨੇ ਕਿਹਾ ਕਿ ਪਿਛਲੀਆਂ ਕਾਂਗਰਸ ਅਕਾਲੀ ਭਾਜਪਾ ਦੀਆਂ ਸਰਕਾਰਾਂ ਨੇ ਪੰਜਾਬ ਦੇ ਕਿਸਾਨਾਂ ਨੂੰ ਕਿਸਾਨੀ ਨੂੰ ਕਰਜ਼ੇ ਦੇ ਵਿੱਚ ਡੁੱਬਿਆ ਕਿਸਾਨ ਆਤਮ ਹੱਤਿਆ ਕਰਨ ਲਈ ਮਜਬੂਰ ਹੋ ਗਏ ਨਵੀਂ ਪਾਲਿਸੀ ਉਹਨਾਂ ਨੇ ਕਹਿੰਦੇ ਕੋਈ ਬਣਾਈ ਨਹੀਂ ਉਲਟਾ ਗਲਤ ਨੀਤੀਆਂ ਬਣਾ ਕੇ ਕਿਸਾਨਾਂ ਨੂੰ ਆਤਮ ਹੱਤਿਆ ਵਾਸਤੇ ਮਜਬੂਰ ਕਰ ਦਿੱਤਾ ਦੱਸਣਾ ਬਣਦਾ ਕਿ ਪੰਜਾਬ ਦੇ ਲਗਭਗ 71000 ਕਿਸਾਨਾਂ ਤੇ 3200 ਕਰੋੜ ਰੁਪਏ ਦਾ ਕਰਜ਼ਾ ਹੈ ਇਹਨਾਂ ਦੇ ਵਿੱਚੋਂ 60000 ਕਿਸਾਨ ਡਿਫਾਲਟ ਹੋ ਚੁੱਕੇ ਆ ਉਹਨਾਂ ਤੇ 2300 ਕਰੋੜ ਰੁਪਏ ਦਾ ਕਰਜ਼ਾ ਦੱਸਿਆ ਜਾ ਰਿਹਾ ਜਿਹੜਾ ਬਕਾਇਆ ਖੜਾ ਹੈ ਅਤੇ ਇਹ ਕਿਸਾਨੀ ਕਰਜ਼ਾ ਖੇਤੀ ਕਰਜ਼ਾ ਮੁਆਫੀ ਸਕੀਮ ਦੇ ਅਧੀਨ ਨਹੀਂ ਆ ਸਕਿਆ ਇਹਨਾਂ ਤੋਂ 1150 ਕਰੋੜ ਵਸੂਲਣ ਦੀ ਤਿਆਰੀ ਆ ਹੁਣ ਕੀਤੀ ਜਾ ਰਹੀ ਸੀ ਜਦੋਂ ਕਿ ਪਿਛਲੇ ਸੀਜ਼ਨ ਦੇ ਵਿੱਚ ਬੈਂਕ ਸਿਰਫ 200 ਕਰੋੜ ਰੁਪਇਆ ਵਸੂਲ ਸਕੀ ਸੀ ਭਾਵੇਂ ਸਫਾਈਆਂ ਦੇਈ ਜਾਣ ਕਿਸਾਨਾਂ ਦੇ ਗ੍ਰਿਫਤਾਰੀ ਵਾਰੰਟ ਜਾਰੀ ਵੀ ਹੋਈ ਸੀ ਪਰ ਹੁਣ ਜਦੋਂ ਦੇਖਿਆ ਕਿ ਕਿਸਾਨ ਜਥੇਬੰਦੀਆਂ ਉੱਠ ਕੇ ਘੁਰਕੀ ਲੈ ਕੇ ਪੈ ਗਈਆਂ ਨੇ ਅਤੇ ਆਮ ਆਦਮੀ ਪਾਰਟੀ ਦਾ ਸਰਕਾਰ ਦਾ ਵਿਰੋਧ ਹੋਣ ਲੱਗ ਪਿਆ ਤੇ ਬੈਕਫੁੱਟ ਤੇ ਸਰਕਾਰ ਨੂੰ ਆਉਣਾ ਪਿਆ ਆਖਿਆ ਕਿ ਜਿੰਨੇ ਵਾਰੰਟ ਇਸ਼ੂ ਹੋਏ ਸੀ ਸਾਰੇ ਅਸੀਂ ਰੱਦ ਕਰ ਦੇਾਂਗੇ ਤੇ ਚੰਨੀ ਵਾਲੀ ਬੱਕਰੀ ਅੱਜ ਫੇਰ ਚਰਚਾ ਚ ਹੈ ਤੁਹਾਨੂੰ ਯਾਦ ਹੋਣਾ ਹੈ ਕਿ ਪੰਜਾਬ ਵਿਧਾਨ ਸਭਾ ਦੀਆਂ ਚੋਣਾਂ ਸੀ ਅਚਨ ਚੇਤ ਚੰਨੀ ਬੱਕਰੀਆਂ ਵਾਲੇ ਕਰਕੇ ਮਸ਼ਹੂਰ ਹੋ ਗਈ। ਖਾਸ ਕਰ ਇਹ ਸੀ ਕਿ ਸ਼੍ਰੀ ਚਮਕੌਰ ਸਾਹਿਬ ਦੇ ਨਾਲ ਨਾਲ ਹਲਕਾ ਭਦੌੜ ਰਾਕਮਾ ਤੋਂ ਵੀ ਉਹਨਾਂ ਨੂੰ ਉਮੀਦਵਾਰ ਐਲਾਨ ਦਿੱਤਾ ਸੀ। ਭਦੌੜ ਦੇ ਵਿੱਚ ਤਤਕਾਲੀ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਇੱਕ ਬੱਕਰੀਆਂ ਦੇ ਝੁੰਡ ਨੂੰ ਦੇਖਦੇ ਆ ਡਰਾਈਵਰ ਨੂੰ ਕਹਿੰਦੇ ਲੈ ਵੀ ਬ੍ਰੇਕਾਂ ਮਾਰ। ਬੱਕਰੀਆਂ ਦੇ ਝੁੰਡ ਕੋਲ ਜਾ ਕੇ ਰੁਕਦੇ ਆ। ਆ ਜਿਹੜੀ ਜਿਹੜਾ ਬੱਕਰੀਆਂ ਲੈ ਕੇ ਜਾ ਰਿਹਾ ਸੀ ਉਹਨੂੰ ਕਹਿੰਦੇ ਤੇਰੀ ਮੈਂ ਬੱਕਰੀ ਚੋਣੀ ਚਾਹੁੰਣਾ। ਉਹ ਕਹਿੰਦੇ ਚੋਲੋ ਮਹਾਰਾਜ ਬੱਕਰੀ ਚੋਣ ਤੋਂ ਬਾਅਦ ਬੱਕਰੀਆਂ ਦੇ ਮਾਲਕ ਪਾਲਾ ਖਾਨ ਨੇ ਦੱਸਿਆ ਸੀ ਕਿ ਬੱਕਰੀ ਵੀ ਚੋਈ ਅਤੇ ਜਾਂਦੇ ਜਾਂਦੇ ਉਹਨਾਂ ਨੂੰ 4000 ਰੁਪਏ ਸ਼ਗਲ ਵਜੋਂ ਵੀ ਚਰਨਦੀ ਸਿੰਘ ਚੰਨੀ ਦੇ ਕੇ ਗਏ ਸੀ ਉਹ ਵੀਡੀਓ ਕਾਫੀ viral ਹੋ ਗਈ ਸੀ ਬਾਅਦ ਵਿੱਚ ਚੰਨੀ ਭਦੌਰ ਤੋਂ ਚੋਣ ਹਾਰ ਗਏ ਭਦੌਰ ਹਲਕੇ 'ਚ ਪੈਂਦਾ ਪਿੰਡ ਸੰਧੂਕਲਾਂ ਸੰਧੂਕਲਾਂ ਦੇ ਨੇ ਪਾਲਾ ਖਾਨ ਪਾਲਾ ਖਾਨ ਨੇ ਜਾਣਕਾਰੀ ਦਿੱਤੀ ਹੈ ਕਿ ਚਮਕੌਰ ਸਭ ਤੋਂ ਕੁਝ ਅਜਨਬੀ ਬੰਦੇ ਆਏ ਉਹ ਕਹਿੰਦੇ ਅਸੀਂ ਤੇਰੀ ਬੱਕਰੀ ਖਰੀਦਣੀ ਐ ਕਹਿੰਦਾ ਮੈਂ ਕਿਹਾ ਮੇਰੇ ਕੋਲ ਤਾਂ 40 ਨਹੀਂ ਕਹਿੰਦੇ ਚੰਨੀ ਵਾਲੀ ਬੱਕਰੀ ਖਰੀਦਣੀ ਐ ਹੋਰ ਮੰਨਿਆ ਜਾ ਰਿਹਾ ਕਿ ਸ਼ਾਇਦ ਇਹ ਬੱਕਰੀ ਚੰਨੀ ਨਹੀਂ ਖਰੀਦੀ ਐ ਪਰ ਪਾਲਾਖਾਨ ਦੇ ਦੱਸਣ ਅਨੁਸਾਰ ਸਵੇਰ ਦਾ ਵਕਤ ਸੀ ਸਵੇਰ ਦੇ ਵੇਲੇ ਤਕਰੀਬਨ 5-6 ਬੰਦੇ ਉਹਨਾਂ ਦੇ ਘਰ ਜਾਂਦੇ ਐ ਕਹਿੰਦੇ ਚਮਕੌਰ ਸਾਹਿਬ ਤੋਂ ਆਏ ਐ ਚੰਨੀ ਵਾਲੀ ਬੱਕਰੀ ਖਰੀਦਣੀ ਐ ਉਹਨਾਂ ਵਿੱਚੋਂ ਇੱਕ ਨੇ ਆਪਣੀ ਪਛਾਣ ਦੱਸੀ ਕਿ ਮੇਰਾ ਨਾਮ ਹੈ ਪਰਮਜੀਤ ਸਿੰਘ ਤੇ ਮੈਂ ਸਰਕਾਰੀ ਡਰਾਈਵਰ ਹਾਂ ਪਾਲਾਖਾਨ ਦੇ ਅਨੁਸਾਰ ਸਾਡਾ ਸੌਦਾ ਹੁੰਦਾ ਹੁੰਦਾ 21000 ਰੁਪਏਚ ਤੈ ਹੋ ਗਿਆ। ਫਿਰ ਕਹਿੰਦੇ ਮੈਂ ਬੱਕਰੀ ਨਾ ਆਈ ਨਵਾ ਆ ਕੇ ਸ਼ਿੰਗਾਰ ਕੀ। ਪਿੰਡ ਦੇ ਵਿੱਚੋਂ ਇੱਕ ਛੋਟਾ ਹਾਥੀ ਕਰਕੇ ਖਰੀਦਰਾਂ ਦੇ ਨਾਲ ਤੋਰ ਦਿੱਤੀ। ਪਾਲਾਖਾਨ ਨੇ ਦੱਸਿਆ ਕਿ ਉਸ ਕੋਲ 40 ਬੱਕਰੀਆਂ ਨੇ ਅਤੇ ਇਹ ਖਾਸ ਬੱਕਰੀ ਉਹਨਾਂ ਨੇ ਤੁੰਗ ਵਾਲੀ ਮੰਡੀ ਦੇ ਵਿੱਚੋਂ 20000 ਰੁਪਏਚ ਖਰੀਦੀ ਸੀ। ਪਰ ਚੰਨੀ ਨੇ ਜਦੋਂ ਤੱਕ ਉਸ ਬੱਕਰੀ ਨੂੰ ਚੋਇਆ ਉਹਦੇ ਤੋਂ ਬਾਅਦ ਜਦੋਂ ਸਾਡੀਆਂ ਕਦੇ ਘਰ ਦੀਆਂ ਮਹਿਲਾਵਾਂ ਵੀ ਉਹਨੂੰ ਚੋਣ ਜਾਂਦੀਆਂ ਸੀ ਤਾਂ ਚੰਨੀ ਵਾਲੀ ਬੱਕਰੀ ਕਹਿ ਕੇ ਚੋਣਦੀਆਂ ਸੀ। ਉਹਨਾਂ ਦੇ ਦੱਸਣ ਅਨੁਸਾਰ ਬੱਕਰੀ ਭਾਵੇਂ ਕਹਿੰਦੇ ਵੇਚਤੀ ਮੈਂ ਪਰ ਮੇਰੇ ਮਨ ਨੂੰ ਹੌਲ ਪੈਂਦੇ ਆ ਜਦੋਂ ਮੈਂ ਬੱਕਰੀ ਵਿਦਾ ਕੀਤੀ ਨਾ ਮੈਂ ਰੋਇਆ ਆਜੜੀਲੇ ਪਰਿਵਾਰ ਨੇ ਦੱਸਿਆ ਕਿ ਜਦੋਂ ਤੋਂ ਸਾਬਕਾ ਮੁੱਖ ਮੰਤਰੀ ਚੰਨੀ ਨੇ ਸਾਡੀ ਬੱਕਰੀ ਨੂੰ ਚੋਇਆ ਉਹਨਾਂ ਦੇ ਪਰਿਵਾਰ ਦੀ ਕੋ ਮੰਤਰੀ ਪਦਰ ਤੇ ਮਸ਼ਹੂਰੀ ਹੋਈ ਲੋਕ ਉਹਨਾਂ ਦੇ ਘਰ ਇਸ ਬੱਕਰੀ ਨਾਲ ਤਸਵੀਰਾਂ ਵੀ ਖਿਚਾਉਣੋਂ ਦੇ ਰਹੇ ਉਹਨਾਂ ਨੇ ਦੱਸਿਆ ਕਿ ਅਸਲ ਦੇ ਵਿੱਚ ਬੱਕਰੀ ਦਾ ਖਰੀਦਦਾਰ ਕੌਣ ਸੀ ਇਹ ਤਾਂ ਨਹੀਂ ਮੈਨੂੰ ਪਤਾ ਪਰ ਸੱਚਮੁੱਚ ਬੰਦੇ ਖਾਸ ਲੱਗਦੇ ਸੀ ਕਹਿੰਦੇ ਬੱਕਰੀਆਂ ਮੈਂ ਖਰੀਦਦਾ ਵੀ ਆ ਤੇ ਬੱਕਰੀਆਂ ਵੇਚਦਾ ਵੀ ਆ ਪਰ ਇਸ ਤਰ੍ਹਾਂ ਦਾ ਖਰੀਦਦਾਰ ਪਹਿਲਾਂ ਕਦੇ ਕੋਈ ਬੱਕਰੀ ਲੈਣ ਨਹੀਂ ਆਇਆ ਹੋ ਸਕਦਾ ਹੈ ਕਿ ਮੁੱਖ ਮੰਤਰੀ ਚੰਨੀ ਨੇ ਇਹ ਬੱਕਰੀ ਖਰੀਦੀ ਹੋਵੇ ਪਰ ਹਾਲੇ ਇਸ ਗੱਲ ਦੀ ਪੁਸ਼ਟੀ ਨਹੀਂ ਹੋ ਸਕੀ ਜੇਕਰ ਇਹ ਗੱਲ ਸੱਚੀ ਨਿਕਲੀ ਤਾਂ ਬੱਕਰੀ ਨੂੰ ਹੋ ਸਕਦਾ ਹੈ ਕੋਈ ਵੀਆਈਪੀ ਵਾੜਾ ਮਿਲ ਜੇ ਪਰ ਹੋ ਸਕਦਾ ਹੈ ਇਸੇ ਤਰ੍ਹਾਂ ਦਾ ਵਾੜਾ ਨਸੀਬ ਹੋਵੇ ਉਹਦਾ ਕਾਰਨ ਕਿ ਚਰਨਦੀਪ ਸਿੰਘ ਚੰਨੀ ਭਧੌੜਤ ਵੀ ਜਾ ਕੇ ਕਹਿੰਦੇ ਰਹੇ ਮੈਂ ਗਰੀਬ ਆ ਸ਼ਾਤ ਨੂੰ ਇਹ ਵੀ ਗੱਲ ਯਾਦ ਹੋਵੇ ਕਿ ਰਵਨੀਤ ਬਿੱਟੂ ਨੇ ਇੱਕ ਮੁਲਾਕਾਤ ਵਿੱਚ ਆਖਿਆ ਸੀ ਕਿ ਚੰਨੀ ਚੋਣ ਹਾਰ ਕੇ ਨੇ ਬੱਕਰੀਆਂ ਵਾਲਾ ਕੰਮ ਕਰ ਲੂਗਾ ਹੁਣ ਹੋ ਸਕਦਾ ਭਾਈ ਚਰਨਜੀਤ ਸਿੰਘ ਚੰਨੀ ਹੁਣ ਇਸ ਪਾਸੇ ਨੂੰ ਤੁਰਨ ਪਰ ਪਾਲਾਖਾਨ ਨੇ ਇੱਕ ਗੱਲ ਜ਼ਰੂਰ ਦੱਸੀ ਕਹਿੰਦੇ ਜਦੋਂ ਸਾਡਾ ਸੌਦਾ ਹੋ ਗਿਆ ਨਾ 21000 ਰੁਪਏ ਚ ਮੈਂ ਉਦਾਸ ਵੀ ਸੀ ਪਰ ਮੈਂ ਬੱਕਰੀ ਨੂੰ ਨਿਵਾ ਕੇ ਰੀਜ਼ ਨਾਲ ਸ਼ਿੰਗਾਰ ਕੀਤਾ ਪੈਰਾਂ 'ਚ ਉਹਦੇ ਝਾਂਜਰਾਂ ਪਾਈਆਂ ਗਲ 'ਚ ਉਹਦੇ ਗਾਨੀ ਪਾਈ ਮਣਕਿਆਂ ਵਾਲਾ ਪਟਾ ਪਾਇਆ ਤੇ ਫਿਰ ਭਰੇ ਮਨ ਦੇ ਨਾਲ ਮੈਂ ਉਹਨਾਂ ਦੇ ਹਵਾਲੇ ਕਰ ਦਿੱਤੀ ਉਹ ਚੰਨੀ ਵਾਲੀ ਬੱਕਰੀ ਸੋ ਦੋਸਤੋ ਇਹ ਸੀ ਆਪਣਾ ਅੱਜ ਦਾ ਪ੍ਰੋਗਰਾਮ ਉਮੀਦ ਕਰ ਰਹੇ ਹਾਂ ਕਿ ਤੁਹਾਨੂੰ ਇਹ ਪ੍ਰੋਗਰਾਮ ਚੰਗਾ ਲੱਗਿਆ ਹੋਣਾ ਜੇਕਰ ਪ੍ਰੋਗਰਾਮ ਚੰਗਾ ਲੱਗਿਆ ਤਾਂ ਕਿਰਪਾ ਕਰਕੇ ਲਾਈਕ ਅਤੇ ਸ਼ੇਅਰ ਜ਼ਰੂਰ ਕਰ ਦੇਣਾ ਤੇ ਜੇਕਰ ਹਾਲੇ ਤੱਕ ਤੁਸੀਂ ਆਪਣੇ ਇਸ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਕਿਰਪਾ ਕਰਕੇ ਸਬਸਕ੍ਰਾਈਬ ਕਰਕੇ ਨੋਟੀਫਿਕੇਸ਼ਨ ਵਾਲੀ ਘੰਟੀ ਜ਼ਰੂਰ ਔਨ ਕਰ ਲੈਣੀ ਤੁਹਾਡੇ ਦਿਲੋਂ ਧੰਨਵਾਦੀ ਹੋਵਾਂਗੇ ਪਰ ਹੁਣ ਸਮਾਪਤ ਹੈ ਜਾਣ ਤੋਂ ਪਹਿਲਾਂ ਕਹਾਂਗਾ ਜ਼ਿੰਦਗੀ ਜਿੰਦਾਦਲੀ ਦਾ ਨਾਮ ਹੈ ਦਵਿੰਦਰ ਸਿੰਘ ਬੈਣੀਪਾਲ ਨੂੰ ਆਗਿਆ ਦਿਓ ਸਤਿ ਸ੍ਰੀ ਅਕਾਲ ਤੇਰਾ ਬਰਾਖਾ